ਸੋ ਸਾਂਭ ਲਓ ਜਜ਼ਬਾਤਾਂ ਨੂੰ ਕੋਈ ਹੋਸ਼ ਉਡਾਉਣ ਆਇਆ ਹੈ ਸਾਂਭ ਲਓ ਜਜ਼ਬਾਤਾਂ ਨੂੰ ਕੋਈ ਹੋਸ਼ ਉਡਾਉਣ ਆਇਆ ਹੈ ਕੁਝ ਸਿਤਾਰੇ ਆਏ ਨੇ ਤੁਹਾਡਾ ਦਿਲ ਲਾਉਣ ਤੇ ਸ਼ਾਇਰ ਇਹਨਾਂ ਦਾ ਦਿਲ ਲਾਉਣਾ ਹੈ ਤੇ ਸ਼ਾਇਰ ਇਹਨਾਂ ਦਾ ਦਿਲ ਲਾਉਣਾ ਹੈ ਤਾਂ ਅੱਜ ਮੇਰੇ ਨਾਲ ਜਿੰਦ ਮਾਹੀ ਦੀ ਟੀਮ ਰਾਜਦੀਪ ਜੀ ਸੋਨਮ ਬਾਜਵਾ ਤੇ ਭਾਜੀ ਅਜੇ ਅਜੇ ਨਹੀਂ ਨਾਮ ਤਾਂ ਸਰਕਾਰ ਤੁਹਾਡੀ ਆਪਣੀ ਨਾਮ ਭੁੱਲ ਸਕਦੇ ਆਪਾਂ ਤੇ ਡਾਇਰੈਕਟਰ ਸਾਹਿਬ ਸਾਡੇ ਵਿੱਚ ਆਏ ਨੇ ਪੰਨੂ ਸਾਹਿਬ ਤੇ ਸਭ ਤੋਂ ਪਹਿਲਾਂ ਤਾਂ ਮੂਵੀ ਦਾ ਜਿਹੜਾ ਟ੍ਰੇਲਰ ਅਸੀਂ ਦੇਖ ਲਿਆ ਕਨਸੈਪਟ ਇੱਕ ਬਹੁਤ ਹੀ ਡਿਫਰੈਂਟ ਹੈ ਨਾ ਚਲੋ ਇਹ ਤਾਂ ਸਾਰੀ ਮੂਵੀਜ਼ ਹੁੰਦਾ ਕਿ ਮੁੰਡਾ ਕੁੜੀ ਹੈ ਨਾ ਪਿਆਰ ਹੁੰਦਾ ਹੈ ਨਾ ਵੱਖ ਹੋ ਜਾਂਦੇ ਹਨ ਲੇਕਿਨ ਜਿਹੜਾ ਮਾਈਂਡ ਕਹਿੰਦੇ ਹਾਂ ਆਪਾਂ ਜਿਹਨੂੰ ਇੱਕ ਬਿਮਾਰੀ ਵੀ ਕਹਿ ਸਕਦੇ ਹਾਂ ਜਾਂ ਫਿਰ ਮੈਂਟਲ ਹੈਲਥ ਇੱਕ ਬਹੁਤ ਵੱਡੀ ਚੀਜ਼ ਹੈ ਨਾ ਲੇਕਿਨ ਕਈ ਲੋਕ ਸੋਚਦੇ ਆ ਕਿ ਮੈਂਟਲ ਹੈਲਥ ਨੂੰ ਦਿਖਾਇਆ ਬਹੁਤ ਵੱਡਾ ਜਾਂਦਾ ਲੇਕਿਨ ਅਗਰ ਗਰਾਊਂਡ ਲੈਵਲ ਤੇ ਦੇਖਿਆ ਜਾਏ ਤਾਂ ਇਟਸ ਅ ਬਿਗ ਥਿੰਗ ਹੈ ਨਾ ਕਿਉਂਕਿ ਸਾਰੇ ਫੇਸ ਕਰਦੇ ਆ ਆਮ ਤੌਰ ਤੇ ਕੀ ਹੁੰਦਾ ਸਾਡੇ ਘਰਾਂ ਚ ਮਤਲਬ ਪੰਜਾਬ ਚ ਆਪਾਂ ਨਾਰਮਲ ਵੀ ਕਿਸੇ ਨਾਲ ਗੱਲ ਕਰੀਏ ਕਿ ਮੈਨੂੰ ਏਦਾਂ ਮਤਲਬ ਫੀਲ ਹੁੰਦਾ ਹੈ ਜਾਂ ਮੈਂ ਡਿਪਰੈਸਡ ਹਾਂ ਕੁਛ ਤਾਂ ਐਵੇਂ ਟਾਲ ਦਿੰਦੇ ਹਾਂ ਵੀ ਲੈ ਤੈਨੂੰ ਕੀ ਹੋਇਆ ਹੈ ਨਾ ਸੋ ਇਟਸ ਅ ਵੈਰੀ ਗੁੱਡ ਥਿੰਗ ਮਤਲਬ ਐਕਸਾਈਟਮੈਂਟ ਫੁੱਲ ਹੈ ਮੂਵੀ ਲਈ ਤੇ ਸਭ ਤੋਂ ਪਹਿਲਾਂ ਕਿੱਥੋਂ ਆਇਆ ਇਹ ਥੋਟ ਪਲੋਟ ਮੂਵੀ ਦਾ ਕੀ ਸੋ ਇਹ ਥੋਟ ਐਕਚੁਅਲੀ ਇਨੀਸ਼ੀਅਲੀ ਮਨਮੋਹਨ ਭਾਈ ਜੋ ਸਾਡੇ ਪ੍ਰੋਡਿਊਸਰ ਵੀ ਨੇ ਫਿਲਮ ਦੇ ਉਹਨਾਂ ਦੇ ਮਾਈਂਡ ਵਿੱਚ ਆਇਆ ਸੀਗਾ ਹੀ ਥਰੂ ਐਨ ਆਈਡੀਆ ਕਿ ਵੀ ਇੱਕ ਇਹੋ ਜਿਹੇ ਟਾਈਪ ਦੀ ਫਿਲਮ ਬਣਾਈ ਹੈ ਜਿਹਦੇ ਵਿੱਚ ਜਿਹੜੇ ਕਰੰਟ ਇਸ਼ੂਜ਼ ਨੇ ਆਪਣੇ ਯੂਥ ਦੇ ਮਾਡਰਨ ਲੋਕਾਂ ਦੇ ਜਾਂ ਈਵਨ ਜਿਹੜੇ ਵਿਲੇਜਸ ਵਿੱਚ ਲੋਕ ਨੇ ਕਿ ਜਿਹੜੀ ਇੱਕ ਮੈਂਟਲ ਇਲਨੈਸ ਆ ਜਿਹਦੇ ਆਪਾਂ ਗੱਲ ਕਰ ਰਹੇ ਸੀ ਡਿਪਰੈਸ਼ਨ ਦੇ ਨਾਲ ਇਹੋ ਜਿਹਾ ਕੁਝ ਸਬਜੈਕਟ ਕਰੀਏ ਫਿਰ ਹੌਲੀ ਹੌਲੀ ਕਰਦੇ ਕਰਦੇ ਲਾਡੋ ਦਾ ਕੈਰੈਕਟਰ ਕਨਸੀਵ ਹੋਇਆ ਕਿ ਕਿਵੇਂ ਆਪਾਂ ਨੂੰ ਇੱਕ ਫੁੱਲ ਆਫ ਲਾਈਫ ਕੈਰੈਕਟਰ ਚਾਹੀਦਾ ਦੈਟ ਕਾਈਂਡ ਆਫ ਥਿੰਗ ਜਿਹੜਾ ਉਸ ਕੈਰੈਕਟਰ ਨੂੰ ਸਪੋਰਟ ਕਰੇ ਐਵੇਂ ਕਰਦੇ ਕਰਦੇ ਬਸ ਵਨ ਥਿੰਗ ਲੈਡ ਟੂ ਅਨਦਰ ਤੇ ਬਾਕੀ ਸਟੋਰੀ ਉਸ ਤੋਂ ਬਾਅਦ ਕਾਸਟ ਕਿਵੇਂ ਤੁਸੀਂ ਸਾਰਾ ਸੋਚੇਗੇ ਲਾਡੋ ਦਾ ਕੈਰੈਕਟਰ ਫਨ ਦੇ ਨਾਲ ਲਿਖਦੇ ਪਏ ਸੀਗੇ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਲਾਡੋ ਬੈਟਰ ਦੈਨ ਸੋਨਮ ਐਂਡ ਦੈਨ ਇਨ ਟਰਮਸ ਆਫ in terms of Ajay ji we've done work together in the past as well as pehla Ajay ji waise kehna nahi hai mainu main kehna sarkari sahab Ajay ji so in terms of sarkari sahab assi vi ikatthe kaam kita hoya so I knew ki jab jaye character de vich change over chahida ek intensity chahidi hai he was the best person to play it yeah te hun movie di gal ho gayi 5 tareek nu aa jani hai august nu dekh le hor dasso diet da ki raaz hai ਸੀੜੀਆਂ ਚੜ ਕੇ ਅਸੀਂ ਇੱਦਾਂ ਆਇਆ ਤੁਸੀਂ ਪਰ ਮਤਲਬ ਇਹੀ ਰਾਜ ਹੈ ਬਸ ਲਿਫਟ ਯੂਜ਼ ਕਰਨੀ ਹੈ ਨਹੀਂ ਮਤਲਬ ਲਿਫਟ ਨਹੀਂ ਯੂਜ਼ ਕਰਨੀ ਹਾਂ ਮਤਲਬ ਵਾਕ ਕਰੋ ਮੈਨੂੰ ਵਾਕ ਕਰਨਾ ਬਹੁਤ ਪਸੰਦ ਹੈ ਵਾਕ ਤੁਸੀਂ ਘਰ ਪੈਦਲ ਜਾਣਾ ਕਿੰਨੀ ਦੂਰ ਆ ਤੇ ਥੱਲੇ ਜਾਣ ਵੇਲੇ ਲਿਫਟ ਯੂਜ਼ ਕਰਿਆ ਕਰੋ ਉੱਪਰ ਵਾਲੇ ਬੋਡੀ ਐਕਚੁਅਲੀ ਹਾਂ ਇੱਕ ਤਾਂ ਗੋਡਿਆਂ ਲਈ ਠੀਕ ਹੈ ਉਤੋਂ ਰਾਜ ਰੋਜ਼ ਵੀ ਪੁੱਛੋਗੇ ਫਿਰ ਤੇ ਚਲੋ ਵਾਕ ਤਾਂ ਠੀਕ ਹੈ ਫਿਰ ਖਾਣਾ ਪੀਣਾ ਕੀ ਕੁਝ ਡਾਈਟ ਪਲਾਨ ਦੇ ਦੋਗੇ ਮੈਨੂੰ ਮੈਂ ਐਕਚੁਅਲੀ ਸਭ ਕੁਝ ਖਾਣੀ ਆ ਸਮੀਰ ਨੂੰ ਪੁੱਛੋ ਮੈਂ ਸਭ ਤੋਂ ਜ਼ਿਆਦਾ ਜੇ ਮੈਂ ਐਕਚੁਅਲ ਜੇ ਦੱਸਾਂ ਅਜੇ ਤੇ ਮੈਂ ਸਾਡੇ ਸਾਹਮਣੇ ਤੁਸੀਂ ਕੁਛ ਰੱਖ ਦੋਗੇ ਸਾਰੀਆਂ ਕਸਮਾਂ ਸਾਰਾ ਕਸਮ ਅਸੀਂ ਭੁੱਲ ਜਾਣਾ ਹੈ ਨਾ ਬਟ ਸਮੀਰ ਐਵਰੀ ਟਾਈਮ ਹੀ ਵਿਲ ਹੈਵ ਅ ਪ੍ਰੋਟੀਨ ਬਾਰ ਇਨ ਹਿਸ ਬੈਗ ਤੇ ਜੇ ਮਤਲਬ ਅਚਾਨਕ ਕਿਤੇ ਅਸੀਂ ਜਾ ਰਹੇ ਹਾਂ ਹੈ ਨਾ ਔਰ ਕੁਛ ਹੈ ਨਹੀਂ ਖਾਣ ਪੀਣ ਨੂੰ ਐਂਡ ਇਨਸਟੈਂਟਲੀ ਯੂ ਵਾਂਟ ਟੂ ਪਿਕ ਸਮਥਿੰਗ ਤੇ ਸਮੀਰ ਪਤਾ ਹੈ ਕਿ ਸਮੀਰ ਦੇ ਕੋਲ ਇੱਕ ਪ੍ਰੋਟੀਨ ਬਾਰ ਹੋਊਗੀ He is very disciplined. Raj, I have not spent a lot of time with her, so I don't know. But I think... He doesn't eat food. He doesn't eat food. He doesn't eat food. So she is the ideal person to ask. Stop. Because Ajay ne mainu inna ta ki situation de vich hai na ke tenu lagna hai ikattha laguga. So I hope it's not. Nahi, nahi. Oh, ikatthe lagda hunda ekdam. Sanu pata na, see, we've been through that. But sab to zyada discipline in terms of diet is this person. And...
जिन्ना मर्जी प्लान बनाया हो पर कोई कुछ भी अज इज ऑलवेज क्यूरियस कि आप बंदा की खा रहा है मैं उन्हें भी पूछ रहा था कि आज कुछ खाते जा रहे थे देख गया तू सी पूछे कि कल्ले कल्ले की खाता है मैं पूछूंगा मैंने पूछे नहीं ना मैंने एक्चुअली जितने भी एक्टर्स ने काम किया ना प्रीटी मच सारे जे ओ डाइट पे है गया ना तो वो खांदे नहीं लाइक उन्होंने ऑफर भी करा तो दे वोंट ईट आज इज द ओनली वन जेड़ा कि कोई चक्कर नहीं आन दो ठीक है और कहंदे ने देर तक डबल कर दे हां मेरे वर्गा कोई मिल यार जे थोनू भी डीएम करोगे ਤੁਸੀਂ ਕੀ ਰਿਪਲਾਈ ਦਿਓਗੇ ਓਕੇ ਠੀਕ ਹੈ ਸੋ ਕਿਸ ਤੋਂ ਪੁੱਛੋ ਤੁਸੀਂ ਪਹਿਲਾਂ ਸਾਰਿਆਂ ਨੂੰ ਪੁੱਛੋ ਪਹਿਲਾਂ ਅੱਛਾ ਪਹਿਲਾਂ ਭਾਈ ਤੋਂ ਪੁੱਛੋ ਮੈਂ ਕਿਹਾ ਜਿਹਨੇ ਪਹਿਲਾਂ ਆਨਸਰ ਦਿੱਤਾ ਪਹਿਲਾਂ ਤੁਹਾਡੇ ਤੋਂ ਗਿਆ ਉਹ ਨਹੀਂ ਪਹਿਲਾਂ ਅੱਜ ਤੋਂ ਪੁੱਛੋ ਅੱਜ ਪਹਿਲਾਂ ਅੱਜ ਭਾਈ ਤੋਂ ਭਾਈ ਜੇ ਤੁਹਾਨੂੰ ਸ਼ੈਰੀ ਮਾਨ ਮੈਸੇਜ ਕਰੇ ਕਿ ਤੂੰ ਡਰੇਕ ਹੈ ਮੈਨੂੰ ਕੱਲ ਉਹਨਾਂ ਦਾ ਮੈਸੇਜ ਆਇਆ ਹੈ ਪਰ ਆ ਨਹੀਂ ਆਇਆ चलो वधिया गल है ਜੀ ਐਮੀ ਤੁਹਾਨੂੰ ਮੈਸੇਜ ਕਰਨ ਯਾਰ ਗੱਡੀ ਪੈਂਚਰ ਹੋ ਗਈ ਐਂ ਕਿ ਐਮੀ ਦੀ ਗੱਡੀ ਕਦੇ ਵੀ ਪੈਂਚਰ ਵੀ ਨਹੀਂ ਹੋਣੀ ਦੈਟਸ ਫॉर ਸ਼ੋਰ ਹੀ ਆਲਵੇਸ ਹੈਵ ਐਨ ਆਲਟਰਨੇਟਿਵ ਸੋ ਆਲ ਜਸਟ ਆਸਕ ਕਿ ਆਲਟਰਨੇਟਿਵ ਤਾਂ ਹੋਣੀ ਹੈ ਤੁਹਾਡੇ ਕੋਲ ਤੇ ਜੇ ਜਗਦੀਪ ਸਿੱਧੂ ਤੁਹਾਨੂੰ ਮੈਸੇਜ ਕਰਨ ਯਾਰ ਕਲੱਬ ਦੇ ਬਾਹਰ ਖੜਾ ਸੀ ਐਂਟਰੀ ਕਰਾ ਦੇ ਮੈਂ ਜਗਦੀਪ ਇਹਨੂੰ ਆਪ ਨਾਲ ਲੈ ਕੇ ਜਾਊਂਗਾ ਅੰਦਰ ਕਿ ਭਾਈ ਸਕ੍ਰਿਪਟ ਇੱਕ ਵਧੀਆ ਜੀ ਦੇ ਦੋ ਐਂਟਰੀ ਮੈਂ ਕਰਾ ਦੂੰਗਾ ਐਂਟਰੀ ਮੈਂ ਕਰਾ ਦੂੰਗਾ ਫਾਇਦਾ ਦੇਖ ਰਹੇ ਇੱਥੇ ਵੀ ਚਲੋ ਕੋਈ ਗੱਲ ਨਹੀਂ ਤੇ ਮੂਵੀ ਦਾ ਜਿਹੜਾ ਤੁਹਾਡਾ ਕਰੈਕਟਰ ਹੈ ਹਨਾ ਉਹ ਦਿਲ ਵੀ ਟੁੱਟਦਾ ਹੈ ਫਿਰ ਕਿਵੇਂ ਕੋਪ ਅਪ ਕਰਦੇ ਹੋ ਮਤਲਬ ਅਗਰ ਕਿਵੇਂ ਕਰਨਾ ਚਾਹੀਦਾ ਬੰਦੇ ਨੂੰ ਅਗਰ ਕਿਸੇ ਦਾ ਦਿਲ ਟੁੱਟਦਾ ਹੈ ਇਹ ਮੈਨੂੰ ਐਜ਼ ਅ ਕਰੈਕਟਰ ਨੂੰ ਪੁੱਛ ਰਹੇ ਹੋ ਕਿ ਮੈਨੂੰ ਪਰਸਨਲ ਨੂੰ ਤੁਹਾਨੂੰ ਪਰਸਨਲੀ ਪੁੱਛ ਰਿਹਾ ਮੇਰਾ ਦਿਲ ਟੁੱਟਦਾ ਵੀ ਹੈ ਨਾ ਮੈਂ ਇੱਕ ਦੋ ਦਿਨ ਚ ਠੀਕ ਹੋ ਜਾਂਦਾ ਕੀ ਰਾਜ਼ ਉਹੀ ਤਾਂ ਪੁੱਛ ਰਿਹਾ ਮੈਂ ਜਦੋਂ ਆਪਣੇ ਆਪ ਨੂੰ ਸ਼ੀਸ਼ੇ ਚ ਦੇਖਦਾ ਨਾ ਇਹ ਨਹੀਂ ਕਿ ਉਹ ਯਾਰ ਇੱਕ ਮਿੰਟ ਇਟਸ ਵੈਰੀ ਡੀਪ ਡੀਪ ਐਂਡੀ ਡੀਪ ਕਰ ਲਈ ਜਿੰਨੀ ਮੈਂ ਸਟਾਰਟ ਕਰਤੀ जिहदे नाल इश्क हो जाए उहनूं हासिल गवारा करो कोशिश पूरी करो कि उहनूं हासिल करन दी फिर कहिंदा कि अगर नहीं हुंदा तां फिर की करिए तां मैं गल लिखी सी कि जिहदे नाल इश्क हो जाए उहनूं हासिल गवारा करो जे इश्क हासिल नहीं हुंदा तां टुट हार के ना बैठो इश्क दुबारा पिछली सारी मूवीज ਇਸ ਮੂਵੀ ਚ ਕੀ ਕੁਛ ਅਲੱਗ ਦੇਖਣ ਨੂੰ ਮਤਲਬ ਕਿ ਇਹ ਸੀਨ ਤੇ ਕੋਈ ਦੱਸੋਗੇ ਤੁਸੀਂ ਇਹ ਕੈਰੈਕਟਰ ਬਿਲਕੁਲ ਹੀ ਡਿਫਰੈਂਟ ਹੈ ਪਹਿਲਾਂ ਬਿਲਕੁਲ ਹੀ ਅਲੱਗ ਜਨਰ ਸੀਗਾ ਇਹਦੇ ਚ ਲੇਅਰ ਬਹੁਤ ਆ ਮੈਨੂੰ ਪਲੇ ਕਰ ਲਈ ਐਜ਼ ਐਨ ਐਕਟਰ ਹਰ ਕਿਸੇ ਦੀ ਹਰ ਕਿਸੇ ਦਾ ਡ੍ਰੀਮ ਹੁੰਦਾ ਹੈ ਕਿਸੇ ਵੀ ਐਕਟਰ ਦਾ ਕਿ ਇਹ ਜਿਹਾ ਕੈਰੈਕਟਰ ਮਿਲੇ ਉਹਨਾਂ ਨੂੰ ਪਲੇ ਕਰੋ ਜਿਸ ਚ ਬਿਲਕੁਲ ਹੀ 360 ਡਿਗਰੀ ਟਰਨ ਹੋ ਜਾਂਦਾ ਉਹਦੇ ਭਾਵੇਂ ਕੈਰੈਕਟਰਿਸਟਿਕਸ ਹੋਣ ਉਹਦੇ ਭਾਵੇਂ ਅਪੀਅਰੈਂਸ ਹੋਵੇ ਥੌਟ ਪ੍ਰੋਸੈਸ ਹੋਵੇ ਸਾਰਾ ਕੁਝ ਬਦਲਣ ਬਾਕੀ ਡਾਇਰੈਕਟਰ ਸਾਹਿਬ ਦੱਸਣਗੇ ਤੁਹਾਨੂੰ ਜਿਨ੍ਹਾਂ ਨੇ ਕਰਵਾਇਆ ਨਹੀਂ ਨੋ ਡਾਊਟ ਜਿਵੇਂ ਇਹਨਾਂ ਨੇ ਕਿਹਾ ਕਿ ਵੀ ਇਸ ਕੈਰੈਕਟਰ ਦੇ ਵਿੱਚ ਸ਼ੇਡਸ ਬਹੁਤ ਨੇ ਜਿਵੇਂ ਪਹਿਲਾਂ ਕੈਰੈਕਟਰ ਇੱਕ ਕੰਪਲੀਟ ਆਪੋਜ਼ਿਟ ਹੁੰਦਾ ਡਿਫਰੈਂਟ ਐਂਡਸ ਆਫ ਦ ਸਪੈਕਟ੍ਰਮ ਸੋ ਉਹ ਕੈਰੈਕਟਰ ਨਾਲ ਕਾਮੇਡੀ ਕਾਮਿਕ ਸਿਚੁਏਸ਼ਨਸ ਵੀ ਹੋ ਰਹੀਆਂ ਨੇ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ
ਸੋ ਮੈਨੂੰ ਲੱਗਦਾ ਰੇਂਜ ਬਹੁਤ ਸੀਗੀ ਇਸ ਕੈਰੇਕਟਰ ਦੀ ਵਧੀਆ ਕੀਤਾ ਫਿਰ ਰਾਜ ਵਧੀਆ ਤਾਂ ਭਾਜੀ ਕਰਦੀ ਹੈ ਦੇਖੋ ਇਹਨਾਂ ਦੀ ਐਕਟਿੰਗ ਦੀ ਦੀਵਾਨਗੀ ਹੈ ਮੈਂ ਇੰਸਟਾਗ੍ਰਾਮ ਤੇ ਇੱਕ ਉਹ ਪਾਇਆ ਸੀ ਕੁਐਸਚਨਸ ਕਿ ਤੁਹਾਡੇ ਸਾਰਿਆਂ ਨੂੰ ਕੁਐਸਚਨਸ ਤਾਂ ਤੁਹਾਡੇ ਲਈ ਬਹੁਤ ਕੁਐਸਚਨਸ ਆਏ ਕਿ ਤੁਸੀਂ ਇੰਨੀ ਵਧੀਆ ਐਕਟਿੰਗ ਕਿਵੇਂ ਕਰਦੇ ਹੋ ਤਾਂ ਐਕਟਿੰਗ ਦੀ ਤੁਹਾਡੀ ਪ੍ਰੇਜ਼ ਭਾਜੀ ਹਰ ਜਗ੍ਹਾ ਹੈ ਲੋਕ ਬਹੁਤ ਐਕਸਪੈਕਟੇਸ਼ਨਸ ਲੈ ਕੇ ਆਏ ਤੁਹਾਡੇ ਲੈ ਕੇ ਜਾਓਗੇ ਦੇਖਣ ਕੋਸ਼ਿਸ਼ ਓਨੈਸਟ ਓਨੈਸਟ ਅਟੈਂਪਟ ਹੈ ਤੇ ਕੋਈ ਵੀ ਨਿਰਾਸ਼ ਹੋ ਕੇ ਨਹੀਂ ਨਿਕਲਦਾ ਥੀਏਟਰ ਚੋਂ ਯਾਰ ਬਾਤ ਹੈ 5 ਤਰੀਕ ਨੂੰ ਕਹਿ ਦਿਓ 5 ਤਰੀਕ ਨੂੰ ਜਨਮਾਈ ਸਾਰੇ ਜਾਣੇ ਜਾਇਓ ਫੈਮਲੀਜ਼ ਨਾਲ ਜਾਇਓ ਬਿਲਕੁਲ ਫੈਮਲੀ ਨਾਲ ਜਾਇਓ ਸਾਰੇ ਦੇਖਣ ਤੇ ਫੁੱਲ ਮਤਲਬ ਮਜ਼ਾ ਆ ਜਾਏਗਾ ਤੁਹਾਨੂੰ ਤੇ ਹੁਣ ਆਪਾਂ ਇੱਕ ਹੋਰ ਗੇਮ ਖੇਡਦੇ ਹਾਂ ਜਿਹਦਾ ਨਾਮ ਹੈ ਯੋ ਪੰਜਾਬੀ ਯੋ ਪੰਜਾਬੀ ਕੁਝ ਮੂਵੀਜ਼ ਦੇ ਬਾਲੀਵੁੱਡ ਮੂਵੀਜ਼ ਦਾ ਟਾਈਟਲ ਦਊਂਗਾ ਤੁਹਾਨੂੰ ਤੇ ਉਹ ਪੰਜਾਬੀ 'ਚ ਕਨਵਰਟ ਕਰ ਦਿੰਦੇ ਹਾਂ ਹੁਣ ਉੱਧਰੋਂ ਸ਼ੁਰੂ ਕਰਦੇ ਹਾਂ ਖਿਲੋਨਾ ਬਣਾ ਖੱਲਾ ਹੈ ਖਿਡੌਣਾ ਬਣਿਆ ਖੱਲਾ ਇੱਕ ਪਹਿਲੀ ਗੱਲ ਤਾਂ ਮੈਂ ਕਦੀ ਆ ਮੂਵੀ ਦਾ ਨਾਮ ਨਹੀਂ ਸੁਣਿਆ ਹਿੰਦੀ ਚ ਹੈਗੀ ਆ ਨਹੀਂ ਹੈਗੀ ਹੈ ਮੈਂ ਵੀ ਅੱਛੀ ਨਹੀਂ ਸੁਣਦਾ ਉਹ ਢੂੰਡ ਕੇ ਲਾਇਆ ਸੀ ਡਾਕਟਰ ਸਾਹਿਬ ਦੱਸੋ ਕੁਝ ਖਿਡੌਣਾ ਖੱਲਾ ਇੱਕ ਖੱਲਾ ਇੱਕ ਮੈਂ ਖੱਲਾ ਇੱਕ ਖਿਡੌਣਾ ਬਣਿਆ ਸੰਜੇ ਦਾ ਪਰ ਠੀਕ ਹੈ ਹੁਣ ਤੁਹਾਨੂੰ ਪੁੱਛਦੇ ਆ ਰਾਜ ਨੂੰ ਆਲਰੇਡੀ ਬੈਡ ਹੀ ਉਦੋਂ ਮੇਰੀ ਪੰਜਾਬੀ ਮੁੱਕ ਜਾਂਦੀ ਹੈ ਪਤਾ ਨਹੀਂ ਨਹੀਂ ਛੋਟੀ ਜੀ ਛੋਟਾ ਜੀ ਹਮ ਆਪਕੇ ਹੈ ਕੌਣ ਇੰਗਲਿਸ਼ ਕਰਨਾ ਸੀ ਅੱਛਾ ਪੰਜਾਬੀ ਮੈਡਮ ਜੀ ਯੂਕੇ ਤੋਂ ਆ ਜਾਓ ਵਾਪਸ ਹੋ ਗਏ ਹਮ ਆਪਕੇ ਹੈ ਕੌਣ ਮੈਂ ਤੇਰੀ ਕੌਣਾ ਮੈਂ ਕੀ ਕਰ ਰਿਹਾ ਮੈਂ ਤੇਰੀ ਕੀ ਲੱਗਦੀ ਹੈ ਮੈਂ ਵੀ ਇਹ ਸੋਚਿਆ ਸੀ ਮੈਂ ਤੇਰੀ ਕੀ ਲੱਗਦੀ ਮੈਂ ਵੀ ਇਹ ਐਕਸਪੈਕਟ ਕਰ ਰਿਹਾ ਸੀ ਓਕੇ ਹੁਣ ਸੋਨਮ ਨੂੰ ਪਾਪ ਕੋ ਜਲਾ ਕੇ ਰਾਖ ਕਰ ਦੂੰਗੀ ਪਾਪ ਕੋ ਜਲਾ ਕੇ ਰਾਖ ਕਰ ਦੂੰਗੀ ਪਾਪ ਕੋ ਜਲਾ ਕੇ ਰਾਖ ਕਰ ਦੂੰਗੀ ਇਹ ਪਹਿਲਾਂ ਤੇ ਆਪਾਂ ਸਾਰੀਆਂ ਫਿਲਮਾਂ ਅੱਜ ਦੇਖੀਏ ਐਕਚੁਅਲੀ ਗੂਗਲ ਕਰ ਪਾਪ ਕੋ ਪਾਪ ਨੂੰ ਸਾੜ ਕੇ ਸਵਾ ਕਰ ਦੂੰਗੀ ਕੀ ਬਾਤ ਹੈ ਦੇਖੋ ਪਹਿਲੀ ਵਾਰ ਕਰੇ ਭਾਈ ਹੁਣ ਤੁਹਾਨੂੰ ਹੈ ਬੜਾ ਸਿੰਪਲ ਤੁਸੀਂ ਇਹ ਮੂਵੀ ਪੱਕਾ ਦੇਖੀ ਹੋਣੀ ਤੁਸੀਂ ਆਮਦਨੀ 98 ਖਰਚਾ ਰੁਪਈਆ ਲਿਖੀ ਤਾਂ ਹੈ ਨਾ ਵੈਸੇ ਉਹ ਯਾਰ ਸਾਰੇ ਜਿਹੜੇ ਵਿਕੀ ਹੁੰਦੇ ਕੱਢ ਜਾ ਮੈਨੂੰ ਆਮਦਨੀ ਠੰਡੀ ਚੱਲ ਕਮਾਣਾ ਪੱਲੇ ਕੱਖ ਨਹੀਂ ਕਰ ਦੇ ਪੱਲੇ ਕੱਖ ਨਹੀਂ ਖਰਚੇ ਰੁਪਏ ਨਹੀਂ ਬਾਜੀ ਉਹ ਯਾਰ ਹੁਣ ਮੈਂ ਹੁਣ ਮੇਰੀ ਉਹ ਆਪਣੀ ਉਹ ਹੈ ਟ੍ਰਾਂਸਲੇਸ਼ਨ ਮੈਂ ਇਹ ਨਹੀਂ ਹੁੰਦਾ ਕਿ ਹਾਂ ਨਾ ਇਹ ਠੀਕ ਹੈ ਹੁਣ ਇੱਕ ਵਾਰ ਦੁਬਾਰੇ ਟਰਾਈ ਤੇ ਤੁਸੀਂ ਦੱਸ ਦਿਓ ਇੱਕ ਵਾਰ ਤੁਸੀਂ ਫੇਰ ਮੈਂ ਦੱਸੂ ਚਲੋ ਮਿਲ ਕੇ ਬਣਾ ਲੈਂਦੇ ਆ ਕੀ ਬੋਲੇ ਤੁਸੀਂ ਪਹਿਲਾਂ ਪੱਲੇ ਕੱਖ ਨਹੀਂ ਉਹ ਮੈਂ ਤਾਂ ਫਿਰ ਦੂਜੇ ਪਾਸੇ ਪੱਲੇ ਕੱਖ ਨਹੀਂ ਕਿਸ਼ਤਾਂ ਲੱਖ ਦੀ ਆ ਓਏ ਆ ਤਾਲੀਆਂ ਸ਼ਾਇਰ 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 ਬੰਦਾ ਸ਼ਾਇਰ ਬੰਦਾ ਸਾਡੇ ਇੱਥੇ ਏਸੀ ਦੀ ਬਿਕਾਜ਼ ਪੰਜਾਬੀ ਪਾਕਿਸਤਾਨ ਵਾਲੀ ਨੂੰ ਕਹਿੰਦੇ ਆ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਹਾਂ ਉਹ ਵੀ ਜਾਂਦੇ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਆਈ ਲਰਨ ਦਿਸ ਓਕੇ ਇੱਕ ਲਾਸਟ ਸੋਨਮ ਤੁਹਾਨੂੰ ਮਟਰੂ ਕੀ ਬਿਜਲੀ ਕਾ ਮੰਡੋਲਾ ਮਟਰੂ ਮਟਰੂ ਦੀ ਬਿਜਲੀ ਦਾ ਮਟਰੂ ਦੀ ਪਹਿਲਾਂ ਮਟਰੂ ਦਾ ਨਾਮ ਵੀ ਪੰਜਾਬੀ ਸੋਚਣਾ ਪੈਣਾ ਰਾਈਮ ਕਰ ਦੋ ਇਹ ਕੋਈ ਵੀ ਕੋਈ ਵੀ ਮਟਰੂ ਦੀ ਸੁਜੈਸਟ ਨੇਮ ਹੈ ਕੋਕੋ ਕੋਕੋ ਨੋ ਦੈਟਸ ਅ ਫੈਮਿਲੀ ਨੇਮ ਮਟਰੂ ਯਾਰ ਪੰਜ ਦੇਸੀ ਨਾਂ ਦੱਸੋ ਯਾਰ ਗੱਬਰੂ ਹੀ ਕਹਿ ਦੋ ਕੁਝ ਮਿਲਦਾ ਜੁਲਦਾ ਹੀ ਕਹਿ ਦੋ ਨੈਕਸਟ ਕੁਐਸਚਨ ਲਿਖਿਆ ਹੋਇਆ ਲਿਖਾ ਨਹੀਂ ਮੈਂ ਉਹਦੇ ਬਿਜਲੀ ਦਾ ਮਨ ਡੋਲਾ ਉਹਦੇ ਆਨਸਰ ਤੇ ਚਾਹ ਗਿਰ ਗਈ ਸੀ ਉਹ ਚਾਹ ਗਿਰ ਗਈ ਸੀ ਨਾ ਮੈਂ ਲਿਖਿਆ ਹੋਇਆ ਸੀ ਨਹੀਂ ਹੁਣ ਦੱਸੋ ਤੁਸੀਂ ਤਾਂ ਰਾਈਟਰ ਹੋ ਕੀ ਹੋਊਗਾ ਮਟਰੂ ਕੀ ਬਿਜਲੀ ਦਾ ਮਨ ਡੋਲਾ ਅੱਛਾ ਕਹਿਣ ਵੀ ਬੱਬੂ ਪੈਸ ਯਾ ਲਾਡੋ ਦੇ ਤਰੀਕੇ ਨਾਲ ਅੱਛਾ ਇਹ ਡੋਲ ਗਿਆ ਨੂੰ ਕੀ ਕਵਾਂਗੇ ਬਾਕੀ ਤਾਂ ਆ ਗਿਆ ਦੱਸੋ ਯਾਰ ਇਹ ਤਾਂ ਗੱਲ ਗਲਤ ਹੋਈ ਨਾ ਫਿਰ ਆਨਸਰ ਤਾਂ ਮਨਿੰਦਰ ਦੀ ਪ੍ਰੀਤੀ ਦਾ ਮਨ ਡੁੱਲ ਗਿਆ ਡੁੱਲ
ਹੁਣ ਇਹ ਕਹਿ ਸਕਦੇ ਆ ਬਾਈ ਹੈ ਨਾ ਮੈਨੂੰ ਪਤਾ ਨਹੀਂ ਸੀ ਨਾ ਆਨਸਰ ਮੈਂ ਤਾਂ ਹੀ ਤਾਂ ਤੁਹਾਨੂੰ ਪੁੱਛਿਆ ਜੀ ਅੱਛਾ ਹੁਣ ਆਪਾਂ ਮੂਵੀਜ਼ ਤੇ ਹੀ ਆ ਜਾਂਦੇ ਕਿ ਇਸੇ ਜਿੰਦ ਮਾਹੀ ਤੇ ਜਿਵੇਂ ਮੈਂਟਲ ਹੈਲਥ ਹੈ ਨਾ ਇੱਕ ਇਸ਼ੂ ਹੈ ਤੁਸੀਂ ਸਾਰੇ ਲਾਈਮ ਲਾਈਟ ਚੋਂ ਫੇਮਸ ਹੋ ਕਈ ਵਾਰ ਕੀ ਹੁੰਦਾ ਹੈ ਤੁਸੀਂ ਸਾਰੇ ਵੀ ਉਸ ਚੀਜ਼ ਨੂੰ ਫੇਸ ਕਰਦੇ ਹਾਂ ਕਿ ਕੋਈ ਕਮੈਂਟ ਕਰਕੇ ਚੱਲ ਗਿਆ ਕਈ ਵਾਰ ਗੱਲ ਜਿਹੜੀ ਹੁੰਦੀ ਆ ਉਹ ਆਪਾਂ ਇਗਨੋਰ ਕਰ ਦਿੰਦੇ ਹਾਂ ਲੇਕਿਨ ਐਟ ਦੀ ਐਂਡ ਆਫ ਮਾਈਂਡ ਚੱਲਦੀ ਰਹਿੰਦੀ ਆ ਉਸ ਚੀਜ਼ ਨਾਲ ਕਿਵੇਂ ਕੋਪ ਅਪ ਕਰਦੇ ਹਾਂ ਸੀ ਕੋਪ ਅਪ ਤਾਂ ਤੁਹਾਨੂੰ ਕਰਨਾ ਹੀ ਪਊਗਾ ਤੁਸੀਂ ਇੱਕ ਦਿਨ ਅਪਸੈਟ ਰਹਿ ਸਕਦੇ ਹੋ ਦੋ ਦਿਨ ਅਪਸੈਟ ਰਹਿ ਸਕਦੇ ਹੋ ਔਰ ਆਈ ਥਿੰਕ ਵਿਦ ਟਾਈਮ ਥੋੜਾ ਜਿਹਾ ਤੁਹਾਨੂੰ ਆਦਤ ਵੀ ਹੋ ਜਾਂਦੀ ਆ ਸਪੈਸ਼ਲੀ ਵਿਦ ਏਜ ਯੂ ਵੈਨ ਯੂ ਮੈਚੁਰ ਜਦੋਂ ਸੋਸ਼ਲ ਮੀਡੀਆ ਨਵਾਂ ਨਵਾਂ ਆਇਆ ਸੀ ਜਦੋਂ ਹੁਣ ਤਾਂ ਇੰਨੀ ਟ੍ਰੋਲਿੰਗ ਔਰ ਆ ਜੋ ਕਮੈਂਟਸ ਆ ਇੰਨੇ ਕਾਮਨ ਹੋ ਗਏ ਆ ਫੋਰਗੇਟ ਸੈਲੀਬ੍ਰਿਟੀਜ਼ ਇਵਨ ਆਮ ਲੋਕਾਂ ਦੇ ਉਹਦੇ ਤੇ ਤਾਂ ਹੁਣ ਇਸ ਚੀਜ਼ ਨਾਲ ਥੋੜਾ ਮੈਨੂੰ ਲੱਗਦਾ ਕਿ ਔਰ ਸਾਰੇ ਸਮਝ ਵੀ ਗਏ ਆ ਔਰ ਇਹ ਥੋੜਾ ਜਿਹਾ ਯੂਸ ਟੂ ਹੋ ਗਿਆ ਬਟ ਪਹਿਲਾਂ ਯੈਸ ਬੁਰਾ ਲੱਗਦਾ ਸੀ ਔਰ ਹੁਣ ਤਾਂ ਕਈ ਵਾਰੀ ਮੈਂ ਇੱਦਾਂ ਕਰਦੀ ਹਾਂ ਕਿ ਯੂਜਲੀ ਨਹੀਂ ਬਟ ਬਹੁਤ ਜਦੋਂ ਕੋਈ ਨੈਗੇਟਿਵ ਕਮੈਂਟ ਕਰਦੇ ਨਾ ਮੈਂ ਪੂਰਾ ਰਿਪਲਾਈ ਟਾਈਪ ਕਰਦੀ ਹਾਂ ਔਰ ਇਹ ਮੈਂ ਰੀਸੈਂਟਲੀ ਦੋ ਤਿੰਨ ਵਾਰ ਮੇਰੇ ਨਾਲ ਆਇਆ ਪੂਰਾ ਚੰਗੀ ਤਰ੍ਹਾਂ ਟਾਈਪ ਕਰਕੇ ਫਿਰ ਮੈਂ ਇਹ ਪੂਰਾ ਦੁਬਾਰਾ ਪੜਿਆ ਕਿਉਂਕਿ ਜੋ ਮੈਂ ਕਹਿਣਾ ਸੀ ਲਿਖਤਾ ਫਿਰ ਮੈਂ ਡਿਲੀਟ ਕਰਦਾ ਆਈ ਵਾਸ ਲਾਈਕ ਵਾਈ ਗਿਵ ਇੰਪੋਰਟੈਂਸ ਹੈ ਨਾ ਅਤੇ ਬਸ ਇਗਨੋਰ ਕਰਕੇ ਆਈ ਥਿੰਕ ਯੂ ਨੋ ਇਜ਼ ਦ ਬੈਸਟ ਇੱਕ ਥੋਟ ਇਹ ਵੀ ਹੁੰਦਾ ਅੰਦਰ ਕਈ ਵਾਰ ਕਿ ਯਾਰ ਆਪਾਂ ਨਾ ਮਤਲਬ ਰਿਪਲਾਈ ਕਰਦੇ ਹੋਏ ਨਾ ਇੱਕ ਵਾਰ ਫੇਰ ਸੋਚ ਲੈਂਦੇ ਕਿ ਕਿਸੇ ਦਾ ਦਿਨ ਕਿਉਂ ਖਰਾਬ ਕਰਨਾ ਕਿਸੇ ਨੂੰ ਮਾੜਾ ਕਿਉਂ ਕਹਿਣਾ ਐਕਚੁਅਲੀ ਔਰ ਸੀ ਕੋਈ ਜੈਨੂਇਨ ਓਪੀਨੀਅਨ ਦੇ ਨਾ ਉਹਨੂੰ ਸ਼ਾਇਦ ਤੁਸੀਂ ਐਕਸਪਲੇਨੇਸ਼ਨ ਵੀ ਦਿਓ ਹੈ ਨਾ ਲੇਕਿਨ ਕਈ ਅਕਾਊਂਟਸ ਹੀ ਸ਼ਾਇਦ ਇਸ ਲਈ ਬਣਾਏ ਗਏ ਆ ਜਸਟ ਕਿ ਕਿਸੇ ਨੂੰ ਨੀਵਾਂ ਦਿਖਾਇਆ ਜਾਏ ਜਾਂ ਟਾਰਗੇਟ ਕਰਕੇ ਕਿਸੇ ਲਈ ਮਾੜਾ ਬੋਲਿਆ ਜਾਏ ਤਾਂ ਉਹਨੂੰ ਆਈ ਡੋਂਟ ਨੋ ਕਿ ਉਹਨੂੰ ਜਵਾਬ ਵੀ ਦੇਣਾ ਬਣਦਾ ਆ ਕਿ ਨਹੀਂ ਬਣਦਾ ਠੀਕ ਹੈ ਅਗਲੇ ਨੇ ਲਿਖਿਆ ਖੁਸ਼ ਹੋ ਗਿਆ ਅਗਲਾ ਖੁਸ਼ ਹੈ ਉਹਨਾਂ ਦੇ ਐਕਚੁਅਲੀ ਜ਼ਿਆਦਾਤਰ ਜੋ ਨੈਗੇਟਿਵ ਕਮੈਂਟਸ ਕਰਦੇ ਮੈਂ ਦੇਖਿਆ ਉਹਨਾਂ ਦੇ ਨਾ ਫੋਟੋ ਹੁੰਦੀ ਆ ਫੇਕ ਅਕਾਊਂਟਸ ਹੈ ਨਾ ਹਾਂ ਨਾ ਉਹਨਾਂ ਦੇ ਕੋਈ ਫਾਲੋਅਰਸ ਹੁੰਦੇ ਆ ਸੋ ਫਿਰ ਇਹੋ ਜਿਹੇ ਬੰਦੇ ਨੂੰ ਕੀ ਰਿਪਲਾਈ ਦੇਣਾ ਜਸ ਇਗਨੋਰ ਨਾਲੇ ਫਿਰ ਚੰਗੇ ਕਮੈਂਟਸ ਵੀ ਤਾਂ ਕਿੰਨੇ ਹੁੰਦੇ ਨੇ ਉਹ ਪੜ੍ਹ ਕੇ ਫਿਰ ਦਿਨ ਬਣ ਵੀ ਜਾਂਦਾ ਹੈ ਨਾ ਤੇ ਰਾਜ ਤੁਹਾਨੂੰ ਮੇਰਾ ਸਵਾਲ ਹੈ ਕਿ ਤੁਸੀਂ ਤੁਹਾਡਾ ਡੈਬਿਊ ਹੈ ਕਿ ਤੁਸੀਂ ਸੋਨਮ ਦੇ ਓਨਲੀ ਆਲਰੇਡੀ ਮੂਵੀਜ਼ ਆ ਚੁੱਕੀ ਹੈ ਨਾ ਭਾਈ ਦੀ ਵੀ ਆਲਰੇਡੀ ਹੀ ਇਜ਼ ਅ ਗ੍ਰੇਟ ਆਰਟਿਸਟ ਤਾਂ ਕਿਵੇਂ ਕੀ ਕੁਝ ਸਿੱਖਣ ਨੂੰ ਮਿਲਿਆ ਟੈਕਨੀਕਲ ਥਿੰਗਸ ਇੱਕ ਮਿੰਟ ਜਦੋਂ ਭਾਈ ਗ੍ਰੇਟ ਆਰਟਿਸਟ ਬੋਲੇ ਤੇ ਹੱਸਣ ਲੱਗੀ ਗੱਲ ਮੈਂ ਜਦੋਂ ਜਿਹੜੀ ਹੈ ਉਹ ਸੱਚੀ ਬੋਲ ਰਹੇ ਹਾਂ ਮਨੋ ਮੈਂ ਸੱਚੀ ਮੈਨੂੰ ਸਮਾਈਲ ਤਾਂ ਕਿ ਨਾ ਤੁਸੀਂ ਇੰਨੀ ਸਿਰਫ ਕੀਤੀ ਉਹਨਾਂ ਦੀ ਬਟ ਇਟਸ ਨਾਈਸ ਟੂ ਹੇ ਹਿਸ ਕੰਪਲੀਮੈਂਟਸ ਐਂਡ ਸਟਾਫ ਐਨੀਵੇ ਸੋ ਟੈਕਨੀਕਲ ਥਿੰਗਸ ਬਹੁਤ ਸਿੱਖਿਆ ਮੈਂ ਅਜੇ ਤੋਂ ਆਈ ਥਿੰਕ ਹੀ ਨੋਜ਼ ਅ ਲੋਟ ਆਫ ਟੈਕਨੀਕਲ ਸਟਾਫ ਲਾਈਕ ਕੈਮਰੇ ਦੀ ਕਿਹੜੀ ਸਾਈਡ ਨੂੰ ਦੇਖਣਾ ਵਟਸ ਕੈਮਰਾ ਫਰੈਂਡਲੀ ਐਂਡ ਆਲ ਆਫ ਦੈਟ ਲਾਈਟ ਕਿਵੇਂ ਕੈਚ ਕਰਨੀ ਬਿਕੋਜ਼ ਇਹਨਾਂ ਦੀ ਇਹਨਾਂ ਚੀਜ਼ਾਂ ਨੂੰ ਤੁਸੀਂ ਉਦੋਂ ਹੀ ਸਿੱਖਦੇ ਹੋ ਜਦੋਂ ਤੁਸੀਂ ਗਰਾਊਂਡ 'ਤੇ ਆਉਂਦੇ ਹੋ ਦੈਟਸ ਨੋਟ ਟੋ ਇਨ ਵਰਕਸ਼ਾਪਸ ਦੈਟਸ ਨੋਟ ਟੋ ਇਨ ਲਾਈਕ ਨਹੀਂ ਸਿੱਖਦੇ ਤੁਸੀਂ ਇਹ ਤੁਸੀਂ ਦੇਖ ਕੇ ਵੀ ਨਹੀਂ ਇਹ ਚੀਜ਼ ਸਿੱਖਦੇ ਲਾਈਕ ਯੂ ਹੈਵ ਟੂ ਬੀ ਔਨ ਗਰਾਊਂਡ ਟੂ ਲਰਨ ਐਂਡ ਆਈ ਥਿੰਕ ਆਈ ਸੈਡ ਦਿਸ ਬਿਫੋਰ ਐਸ ਵੈਲ ਸੋਨਮ ਵੈਨ ਸ਼ੀ ਬ੍ਰੇਕਸ ਇਨ ਟੂ ਅ ਕੈਰੈਕਟਰ ਐਂਡ ਬ੍ਰੇਕਸ ਆਊਟ ਆਫ ਅ ਕੈਰੈਕਟਰ ਇਟਸ ਵੈਰੀ ਸਮੂਥ ਲਾਈਕ ਮੈਂ ਕਦੇ ਨਹੀਂ ਦੇਖਿਆ ਇਹਨਾਂ ਨੂੰ ਜਿੱਦਾਂ ਲਾਈਕ ਇਹ ਵੀ ਕਰਦੇ ਹੋਏ ਲਾਈਕ ਸ਼ੀ ਇਜ਼ ਵੈਰੀ ਸਮੂਥ ਟੂ ਈਵਨ ਗੋ ਇਨ ਟੂ ਲਾਈਕ ਅ ਵੈਰੀ ਨੈਚੁਰਲ ਯਾ ਨੈਚੁਰਲ ਵੀ ਬਟ ਆਈ ਥਿੰਕ ਇਮੋਸ਼ਨਲ ਜੇ ਸੀਨ ਕਰਨਾ ਹੈ ਇਹਨਾਂ ਲਈ ਬਹੁਤ ਈਜ਼ੀ ਹੈ ਆਈ ਡੋਂਟ ਨੋ ਮੇ ਬੀ ਇਹਨਾਂ ਲਈ ਹਾਰਡ ਵੀ ਹਜੇ ਵੀ ਲੱਗਦਾ ਹੋਊਗਾ ਬਟ ਦੇਖਣ ਨੂੰ ਇੱਦਾਂ ਲੱਗਦਾ ਕਿ ਸ਼ੀ ਡਸ ਇਟ ਵੈਰੀ ਪਰਫੈਕਟਲੀ ਐਂਡ ਵਿਦਆਊਟ ਐਫਰਟ ਆਪਣਾ ਜੀ ਪ੍ਰੋਸੈਸ ਦੱਸਣਾ ਚਾਹੋ ਤੁਸੀਂ ਦੱਸਣਾ ਚਾਹੋਗੇ ਕਿ ਇਦਾਂ ਕਿਉਂ ਹੈ ਹਾਂਜੀ ਟੌਪ ਸੀਕ੍ਰੇਟ ਦੱਸਣਾ ਚਾਹੁੰਦੇ ਇਹਦਾ ਯਾਰ ਇਦਾਂ ਇਹ ਤਾਂ ਪ੍ਰੋਪਰਲੀ ਐਕਸਪਲੇਨ ਕਰਨਾ ਪੈਣਾ ਬਟ ਥੈਂਕ ਯੂ ਸੋ ਮੱਚ ਜੀ ਸੀ ਇੱਕ ਆਰਟਿਸਟ ਆ ਹੀ ਡਿਜ਼ਾਇਰ ਕਰਦਾ ਨਾ ਸਾਰੀ ਲਾਈਫ ਚਾਹੇ ਤੁਸੀਂ ਗਾਇਕੀ ਚੋ ਜਾਂ ਐਕਟਿੰਗ ਚੋ ਐਫਰਟ ਨਹੀਂ ਦਿਖਣਾ ਚਾਹੀਦਾ ਜਿੱਥੇ ਐਫਰਟ ਆ ਗਿਆ ਫਿਰ ਉੱਥੇ ਥੋੜ੍ਹਾ ਜਿਹਾ ਲੱਗਦਾ ਯਾਰ ਉਹ ਆਈ ਵਿਸ਼ ਆਈ ਹੈਡ ਡਨ ਬੈਟਰ ਸੋ ਓਬਵੀਅਸਲੀ ਮੈਂ ਸਿੱਖ ਰਹੀ ਹਾਂ ਸੋ ਵਾਈਲ ਆਈ ਐਮ ਲਰਨਿੰਗ ਐਂਡ ਗਰੋਇੰਗ ਜੇ ਲੋਕਾਂ ਨੂੰ ਐਫਰਟਲੈਸ ਲੱਗਦਾ ਆ ਐਫਰਟਲੈਸ ਲੱਗਣ ਲਈ ਵੀ ਬੜਾ ਐਫਰਟ ਲੱਗਦਾ ਸਹੀ ਗੱਲ ਦੈਟ ਇਜ਼ ਟਰੂ ਤੇ ਰਾਜ ਮੇਰਾ ਸਵਾਲ ਇੱਕ ਹੋਰ ਹੈ ਤੁਹਾਡੇ ਲਈ ਕਿ ਤੁਸੀਂ ਰੇਡੀਓ 'ਚ ਰਹੇ ਹੋ ਹੈ ਨਾ ਸਟਿਲ ਯੂ ਆਰ ਇਨ ਤੇ ਰੇਡੀਓ ਤੋਂ ਫਿਰ ਮਤਲਬ ਬਿਹਾਈਂਡ ਦਾ ਕੈਮਰਾ ਤੋਂ ਇਨ ਫਰੰਟ ਆਫ ਦਾ ਕੈਮਰਾ ਟ੍ਰਾਂਜੀਸ਼ਨ ਮੈਨੂੰ ਤਾਂ ਐਗਜ਼ੈਕਟ ਲਾਈਕ ਸਵਾਪ ਕਰਕੇ ਬੈਠਣਾ ਵੀ ਉਹ ਬਹੁਤ ਅਜੀਬ ਜਿਹਾ ਲੱਗ ਰਿਹਾ ਹੈ ਅੱਜ ਵੀ ਬਿਕਾਜ਼ ਮੈਨੂੰ ਤਾਂ ਸਵਾਲ ਕਰਨਾ ਬੜਾ ਮਜ਼ਾ ਆਉਂਦਾ ਹੈ ਸਵਾਲ ਪਰ ਜਵਾਬ ਦੇਣਾ ਬਹੁਤ ਔਖਾ ਆ I actually feel like apologizing to every single artist that I've asked like bad questions to because I feel like I was actually really rude but it's fun I think it's a different experience
कुछ नवा सीखने को मिल रहा है इधर बैठ के एंड आई मस्ट से दैट द सपोर्ट फ्रॉम दिस क्रू हैज बीन अमेजिंग. मैंने उन्हें लगा सका कि मेरी फर्स्ट फिल्म बहुत लाइक यू नो स्मूथली जाऊंगी. आई थॉट लाइक थोड़ी जी रैगिंग जिन कह रहे हैं वो हो, बट इट वाज वेरी इजी, इट वाज वेरी इजी टू शूट विद दिस टीम. या द मेन थिंग इज कि दोनों तरफ फन है. या है ना कि बिहाइंड रेडियो इट्स आल्सो फन. इट्स फन. या ते पाजी थोड़ा डेब्यू है एज अ डायरेक्टर की कुछ एक्सपेक्टेशंस ने? एक्सपेक्टेशंस यही ने कि भी जिन्ने असी हार्ड वर्क कीता सारी टीम ने उस एक्सपेक्टेशंस तक जो इन्हां दी एक्सपेक्टेशंस मेरे तो ने ओ पूरियां होण. फिल्म जो सी सोचिया सीगा जो प्रोड्यूसर्स दा थॉट प्रोसेस सीगा जो सी प्रोजेक्ट शुरू कीता वो एग्जीक्यूट प्रॉपर्ली होवे एंड मैनु सीगा कि भी मैं आपदे आप नूं प्रूव कर सकां कि भी यू नो असी उस लेवल दा सिनेमा जिहड़ा असी बनाउणा चाहुंदे आ जिस टाइप दी असी फिल्म बनाउणा चाहुंदे सी जिवें असी पेपर ते लिखिया सी वो एग्जीक्यूट कर भी पाए कि नहीं. But I feel like when final film dekhi hai, you know, dubbing badi inhone dekhi hai, and I feel like they're quite happy with the output. Mainu sonu phone karde rehnde hai ki aa scene nu apa idda karde hai, aa scene nu apa idda karde hai. So inna di involvement basically mainu show karde ke khush ne mere naal hai. Kya baat hai? Main Sameer to forget professionally utak ko sare sikh rahe hain aur film hove chahe koi bhi hove har insaan ye chahunda ki yaar main badhiya kara. So intention sara da ohi si. But वैसे मैं समीर तो बहुत खुश हूँ because he is one of the nicest guys I know and lot of fun. और इन्ना तो मैं मैंने नहीं पता but मैं इन्ना तो बहुत ज़्यादा सीखा है not just in terms of acting or direction but मतलब other things like as a human being. So like grooming. Grooming grooming is a part of acting. Self love है ना जितना कहता है वो भी इन्ना तो सीखा है और बाकी भी बहुत सारी चीज़ें. ਮਤਲਬ ਹੁਣ ਭਾਜੀ ਇੰਟਰਵਿਊ ਆਨਰ ਹੁੰਦੀ ਦੇਖਿਓ ਫੋਲੋ ਰਿਕੁਐਸਟ ਆ ਤੁਹਾਨੂੰ ਜੈ ਲੈ ਉਹ ਵਰਕਆਊਟ ਕਰਦੇ ਕਰਦੇ ਛੱਡ ਕੇ ਵੇਖਣ ਲੱਗ ਪੈਣਾ ਸਵਾਲ ਕੱਟਣ ਵਾਲੇ ਨੋ ਆਈ ਹੈਵ ਅ ਕੁਐਸਚਨ ਫਰਮ ਸਰ ਅਜੀ ਸੋ ਸਿੰਸ ਯੂ ਆਲਰੇਡੀ ਹੈਵ ਅ ਰੈਪੋ ਵਿਦ ਅਜੇ ਐਂਡ ਸੋਨਾ ਆਈ ਡੋਨਟ ਨੋ ਅਬਾਊਟ ਰਾਜ ਇਫ ਯੂ ਹੈਵ ਦੈਟ ਨੇ ਨੇ ਰਾਜ ਇਸ ਗੋਇੰਗ ਓਕੇ ਸੋ ਮਾਈ ਬੈਡ ਸੋ ਡਿਡ ਯੂ had Sonam in mind and planned Lado or Lado was just a character and it matched with what you know the vibe Sonam carries in general or was it something like that? So jadon assi Lado nu the jada character when we started writing odo hi ek image aa gayi sigi ki bhai hana ki Sonam will be able to pull this off jeho je us character di fir assi accordingly mold karna shuru karta odi characteristics jehdi assi banaiya fir quite early on Sonam came on board as well so assi katthe ne baith ke look design kiti ki character di look kivi honi chahidi hai. काफी कैरेक्टरिस्टिक्स अकॉर्डिंगली मोल्ड की थी. सो वेरी इनिशियल स्टेज से क्लियर हो गया सीगा कि जे लाडो प्ले करूंगी तो फॉर द कैमरा बिहाइंड द कैमरा पूरा फन रहा है बहुत ज्यादा पूरी रैगिंग झेल के आए जो भाई जो कि जरूरी भी है जरूरी भी है तो पूरा ये बहुत ही अंदर वो कर लो ना कम चल रहा है जी कम फिर फन बहुत जरूरी है ते जब मैं करैक्टर दी गल करी है ना कि लाडो तुसी देखया जी कितना किते ता ही वो थोड़े आज ओदे च इंस्टाग्राम दे बायो च भी लाडो लिखया है ਤਾਂ ਕਰਕੇ ਇਟ ਮੀਨਸ ਕਿ ਮੂਵੀ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਹੈ ਨਾ ਤੇ ਜਿਵੇਂ ਕਰੈਕਟਰ ਦੀ ਗੱਲ ਕਰੇ ਹੈ ਨਾ ਤੁਹਾਨੂੰ ਦੇਖ ਕੇ ਲਿਖਿਆ ਪਾਜੀ ਦਾ ਕਰੈਕਟਰ ਜਿਹੜਾ ਸੀ ਹੈ ਨਾ ਕਿ ਐਵੇਂ ਦੀ ਲੁੱਕ ਹੋਣੀ ਚਾਹੀਦੀ ਹੈ ਇਨੋਸੈਂਟ ਜੀ ਹੋਵੀ ਹੈ ਨਾ ਗਲਾਸਿਸ ਹੋਣੇ ਚਾਹੀਦੇ ਹੈ ਉਹ ਵੀ ਸਭ ਡਿਸਾਈਡਿਡ ਸੀਗਾ ਹਾਂਜੀ ਤੇ ਕੁਝ ਅਗਰ ਮਤਲਬ ਮੇਰਾ ਇੱਕ ਜਨਰਲ ਕੁਐਸਚਨ ਹੈ ਕਿ ਅਗਰ ਜਿਵੇਂ ਆਰਟ ਇਹਨਾਂ ਨੇ ਸੋਚਿਆ ਕਿ ਇਹ ਨਹੀਂ ਕੱਪੜੇ ਪਾਣੇ ਜਾਂ ਕੁਝ ਐਵੇਂ ਇੰਪਰੋਵਾਈਜੇਸ਼ਨ ਅਲਾਊਡ ਹੁੰਦੇ ਹੈ ਜਾਂ ਕਰ ਸਕਦੇ ਹੈ ਬਿਲਕੁਲ ਅਲਾਊਡ ਹੁੰਦੀ ਹੈ ਆਈ ਫੀਲ ਲਾਈਕ ਜਿਹੜਾ ਇੱਕ ਐਕਟਰ ਹੁੰਦਾ ਦੇ ਬ੍ਰਿੰਗ ਅ ਲੋਟ ਟੂ ਦ ਟੇਬਲ ਬਟ ਅਸੀਂ ਇੰਟਰਨਲੀ ਡਿਸਕਸ ਕਰਦੇ ਹਾਂ ਫਿਰ ਇਹਦੇ ਪ੍ਰੋਸ ਕੀ ਆ ਕੌਨਸ ਕੀ ਆ ਕਿ ਬਈ ਆ ਚੀਜ਼ ਜੋ ਰਾਈਟਰ ਨੇ ਸੋਚਿਆ ਹੁੰਦਾ ਜੋ ਮੇਰੇ ਮਾਈਂਡ ਵਿੱਚ ਹੁੰਦਾ ਉਹਦੇ ਨਾਲ ਜਾਂਦਾ ਕਿ ਨਹੀਂ ਸੋ ਅਸੀਂ ਵੀ ਪਹਿਲਾਂ ਹੀ ਲੋਕ ਮੇਰੇ ਹਿਸਾਬ ਨਾਲ ਆਲਮੋਸਟ 6 ਮਹੀਨੇ ਪਹਿਲਾਂ ਅਸੀਂ ਡਿਸਕਸ ਕਰਦੇ ਹੁੰਦੇ ਸੀ ਮੈਂ ਉਹਨਾਂ ਨੂੰ ਆ ਕੇ ਦੱਸਦਾ ਹੁੰਦਾ ਸੀਗਾ ਕਿ ਬਈ ਮੇਰੇ ਮਾਈਂਡ ਦੇ ਚ ਐਵੇਂ ਆ ਸਵੈਟਰ ਗਲਾਸਿਸ ਹਨਾ ਬਲੀ ਵੀ ਬੀਅਰਡ ਕਰਲੀ ਹੈ ਸਪੈਸ਼ਲੀ ਬਿਕਾਜ਼ ਫਿਰ ਚੇਂਜ ਓਵਰ ਦੇ ਵਿੱਚ ਬਹੁਤ ਹੈਲਪ ਮਿਲਦੀ ਹੈ ਸੋ ਮੈਂ ਇਹਨਾਂ ਨਾਲ ਵੀ ਪਹਿਲਾਂ ਡਿਸਕਸ ਕੀਤਾ ਸੀਗਾ ਕਿ ਬਈ ਮੇਰੇ ਮਾਈਂਡ ਦੇ ਵਿੱਚ ਆ ਲੋਕਾਂ even with raj apni pehla jive discussion hundi si ki main kehnda si main you know pastel colors and that kind of thing so for the most part I think assi same page te si ke assi vi in terms of the look te assi de appa baithe ikatthe design kar rahe si ke we were thinking ki ah work asda ani bright vibrant colors so us ani cheeza I feel like bhi jadon ek project nal script nal jude hunde because tinna ne script nu bahut chingi tarah study kita si ga so oh vision clear ho gaya si ga te mere vaste bahut vadhiya si ga ki bhi assi same page te si ge sare.
आज शिमला मॉर्निंग जॉब तो फिर ये हमारी एक आपको लिखना चाहिए था ना कुछ आज देखो अब दो लड़के बेचारे मनीषा तुम गा सकती हो दो लाइन इतने हैंडसम लोगों के लिए यू आर अ सिंगर यार कम ऑन मनीषा तेरे नैना बड़े कातिल मार ही डालेंगे तेरे नैना बड़े कातिल मार ही डालेंगे कातिलाना अदाओं से एक दिन इस दिल को हंसाएंगे रुलाएंगे मार ही डालेंगे तेरे नैना नैना तेरे नैना नैना कातिलाना बड़े नैना नैना महंगे में कप नल सज के अखियां रे बन नल कज के महंगे में कप नल सज के अखियां रे बन नल कज के भुख लंदी देख के तैनू कुड़िए तू सोनी रज के तेरा ही तेरा रसदा हुण चार चवेरे ते दिल साडा चोरी होया दाउटी सानू तोरे ते दिल साडा चोरी होया ਸਿੰਗਰਸ ਵਾਹ ਵਾਹ ਅਲੇ ਤੁਸੀਂ ਮਾਰਟਿਨ ਸ਼ੋ ਨਹੀਂ ਸੁਣਿਆ